ਉਹਦੀ ਬ੍ਰੈਂਪਟਨ ਦੇ ਵਿੱਚ ਤੁਸੀਂ ਆਰਾਮ ਨਾਲ $22-23 ਤੱਕ ਵੀ ਲੈ ਸਕਦੇ ਹੋ ਪਰ ਆਵਰ। ਇਹ ਜੋਬ ਸਭ ਤੋਂ ਵਧੀਆ ਉਹਨਾਂ ਦੇ ਲਈ ਆ ਜਿਹੜੇ ਬੈਠ ਕੇ ਕੰਮ ਕਰਨਾ ਚਾਹੁੰਦੇ ਆ। ਤੇ ਵਟਸਐਪ ਵੈਲਕਮ ਟੂ ਕੰਡਾ ਵਲੌਗਸ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਕੰਡਾ ਵਲੌਗਸ ਦੇ ਵਿੱਚ। ਜਿਹੜੇ ਨਵੇਂ ਆਏ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ। ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀਡੀਓ ਦੇਖ ਰਹੇ ਨੇ ਪਹਿਲਾਂ ਤੋਂ ਹੀ ਉਹ ਮੇਕ ਸ਼ੋਰ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ। ਤੁਹਾਨੂੰ ਟਾਈਟਲ ਤੋਂ ਪਤਾ ਲੱਗ ਗਿਆ ਹੁਣ ਅੱਜ ਕਿਸ ਬਾਰੇ ਆ ਵੀਡੀਓ। ਮਤਲਬ ਮੋਸਟ ਡਿਮਾਂਡਿੰਗ ਵੀਡੀਓ ਵਿੱਚੋਂ ਕਹਿ ਸਕਦੇ ਹੋ ਅਸੀਂ ਕਿ ਲੋਕੀ ਬਹੁਤ ਪੁੱਛਦੇ ਨੇ ਇਸ ਚੀਜ਼ ਬਾਰੇ ਕਿ ਅਸੀਂ ਕੈਨੇਡਾ ਆ ਕੇ ਕਿਹੜਾ ਕੰਮ ਕਰ ਸਕਦੇ ਹਾਂ ਅਤੇ ਉਹਦਾ ਕਿੰਨਾ ਪੇ ਰੇਟ ਹੋਊਗਾ ਅਤੇ ਕੀ ਕੀ ਹਿਸਾਬ ਦਾ ਹੋਊਗਾ ਨਾ, ਕਿੰਨਾ ਅਸੀਂ ਕਮਾ ਸਕਦੇ ਹਾਂ। ਮੈਂ ਤੁਹਾਨੂੰ ਅੱਜ 5 ਜੋਬਸ ਬਾਰੇ ਤੁਹਾਨੂੰ ਦੱਸੂੰਗਾ ਜੋ ਤੁਸੀਂ ਫੁੱਲ ਟਾਈਮ ਕੈਨੇਡਾ ਦੇ ਵਿੱਚ ਆ ਕੇ ਕਰ ਸਕਦੇ ਹੋ, ਜਿਹਦੇ ਵਿੱਚ ਤੁਸੀਂ ਵਧੀਆ ਕਮਾ ਸਕਦੇ ਹੋ ਅਤੇ ਨਾਲੇ ਵਧੀਆ ਤੁਹਾਡੀ ਅਰਨਿੰਗਸ ਹੋ ਸਕਦੀਆਂ ਨੇ ਅਤੇ ਕੰਮ ਵੀ ਇੰਨਾ ਮਾੜਾ ਨਹੀਂ ਆ, ਵਧੀਆ ਹੋ ਸਕਦਾ। ਸਭ ਤੋਂ ਪਹਿਲੀ ਅਸੀਂ ਜੋਬ ਦੀ ਗੱਲ ਕਰਦੇ ਹਾਂ ਐਮਾਜ਼ੋਨ। ਐਮਾਜ਼ੋਨ ਦੀ ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਆ, ਇੱਥੇ ਕਿਤੇ ਹੋਣੀ ਆ, ਤੁਸੀਂ ਦੇਖ ਲਿਓ ਕਲਿੱਕ ਕਰਕੇ। ਐਮਾਜ਼ੋਨ ਫੁਲਫਿਲਮੈਂਟ ਸੈਂਟਰ, ਐਮਾਜ਼ੋਨ ਦਾ ਵੇਅਰ ਹਾਊਸ ਜਿਹੜਾ ਹੁੰਦਾ ਆ, ਉੱਥੇ ਜੇ ਤੁਸੀਂ ਕੰਮ ਕਰਨਾ ਤਾਂ ਕਿੱਦਾਂ ਕਿੱਦਾਂ ਤੁਸੀਂ ਕਿੰਨਾ ਕਮਾ ਸਕਦੇ ਆ। ਜੇ ਓਨਟੈਰੀਓ ਦੇ ਵਿੱਚ ਬਰੈਂਪਟਨ ਟੋਰੋਂਟੋ ਦੀ ਸਾਈਡ ਤੁਸੀਂ ਕੰਮ ਕਰਨਾ, ਉੱਧਰ ਮਿਨੀਮਮ ਪੇ ਰੇਟ ਹੈਗਾ ਆ $14। ਬਟ ਵੇਅਰ ਹਾਊਸ ਦੇ ਵਿੱਚ ਜਿਹੜਾ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਐਮਾਜ਼ੋਨ ਕਿਉਂਕਿ ਡਾਇਰੈਕਟ ਹਾਇਰ ਕਰਦਾ, ਉੱਥੇ ਕੋਈ ਏਜੰਸੀ ਨਹੀਂ ਭੇਜਦੀ, ਉੱਥੇ ਤੁਹਾਨੂੰ ਡਾਇਰੈਕਟ ਹਾਇਰ ਹੋਣਾ ਪੈਂਦਾ। ਅਤੇ ਜੇ ਤੁਸੀਂ ਹਾਇਰ ਹੋ ਗਏ ਫਿਰ ਉਹਨਾਂ ਨੇ ਤੁਹਾਨੂੰ ਮਿਨੀਮਮ ਪੇ ਕਰਨਾ ਕੁਛ ਅਰਾਊਂਡ $16-17 ਪਰ ਆਵਰ। ਅਤੇ ਇਸ ਤੋਂ ਇਲਾਵਾ ਉਹਨਾਂ ਦੇ ਕਈ ਵਾਰੀ ਚੱਲਦੇ ਹੁੰਦੇ ਆ ਪੀਕ ਸੀਜ਼ਨ, ਅਕਤੂਬਰ ਤੋਂ ਬਾਅਦ ਕਹਿ ਸਕਦੇ ਹਾਂ ਤੁਸੀਂ ਮਾਰਚ ਜਨਵਰੀ ਤੱਕ, ਜਾਂ ਫਿਰ ਜਨਵਰੀ ਤੋਂ ਬਾਅਦ ਫਿਰ ਮਾਰਚ ਤੋਂ ਸ਼ੁਰੂ ਹੁੰਦਾ ਪੀਕ ਸੀਜ਼ਨ, ਜਦੋਂ ਉਹਨਾਂ ਦਾ ਕੰਮ ਬਹੁਤ ਤੇਜ਼ ਹੁੰਦਾ। ਉਸ ਟਾਈਮ ਉਹ ਆਪਣੀ ਪੇ ਇਨਕਰੀਜ਼ ਕਰਕੇ ਪਰ ਆਵਰ ਦੀ ਕਰ ਦਿੰਦੇ ਆ $19.75 ਸਮਥਿੰਗ ਇੰਨੀ, ਜਾਂ ਫਿਰ $20 ਪਰ ਆਵਰ। ਅਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਐਮਾਜ਼ੋਨ ਦੇ ਵਿੱਚ ਕੰਮ ਕਰਨ ਲਈ, ਕਿਉਂਕਿ ਐਮਾਜ਼ੋਨ ਦਾ ਜਨਰਲ ਲੇਬਰ ਹੈ ਨਾ, ਉੱਥੇ ਤੁਸੀਂ ਫੋਕਲਿਫਟ ਵੀ ਚਲਾ ਸਕਦੇ ਹੋ, ਜ਼ਰੂਰੀ ਨਹੀਂ ਜਨਰਲ ਲੇਬਰ ਫੋਕਲਿਫਟ। ਤੁਸੀਂ ਹਾਇਰ ਹੋ ਜਾਣਾ ਉਹਨਾਂ 'ਤੇ ਡਿਪੈਂਡ ਆ ਤੁਹਾਨੂੰ ਕਿਹੜਾ ਕੰਮ ਦਿੰਦੇ, ਤੁਹਾਨੂੰ ਟਰੱਕ 'ਚੋਂ ਡੱਬੇ ਵੀ ਕੱਢਨੇ ਪੈ ਸਕਦੇ ਆ, ਕੁਛ ਵੀ ਕਰਨਾ ਪੈ ਸਕਦਾ। ਅਤੇ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਐਮਾਜ਼ੋਨ ਬਾਰੇ, ਉਹ ਇਸ ਲਈ ਇੱਕ ਤਾਂ ਉਹਨਾਂ ਦਾ ਪੇ ਰੇਟ ਵਧੀਆ, ਅਤੇ ਪੇ ਪੀਕ ਸੀਜ਼ਨ ਹੁੰਦਾ ਉਸ ਵੇਲੇ ਤੁਹਾਨੂੰ ਬਹੁਤ ਵਧੀਆ ਅਤੇ ਕਮਾਈ ਹੋ ਜਾਣੀ। ਅਤੇ ਦੂਜੀ ਗੱਲ ਬੈਨੀਫਿਟਸ, ਕਿਉਂਕਿ ਤੁਸੀਂ ਐਮਾਜ਼ੋਨ ਹਾਇਰ ਹੁੰਦੇ ਹੋ, ਜੇ ਤੁਸੀਂ ਇੱਕ ਵਾਰੀ ਹਾਇਰ ਹੋ ਗਏ ਕਿਸੇ ਕੰਪਨੀ ਦੇ ਵਿੱਚ ਤੁਹਾਨੂੰ ਉੱਥੇ ਦੇ ਬੈਨੀਫਿਟਸ ਮਿਲਣੇ ਆ, ਲਾਈਕ ਹੈਲਥ ਬੈਨੀਫਿਟਸ ਹੋ ਗਏ, ਜੋ ਵੀ ਅੱਖਾਂ ਆਈਜ਼ ਡੈਂਟਲ ਕੇਅਰ ਸਾਰੇ ਤੁਹਾਨੂੰ ਬੈਨੀਫਿਟਸ ਮਿਲਣੇ ਆ, ਇਕੱਲੀ ਇਕੱਲੀ ਚੀਜ਼ ਜੇ ਤੁਸੀਂ ਕਦੇ ਬਿਮਾਰ ਹੋ ਗਏ ਸਾਰਾ ਕੁਛ। ਅਤੇ ਇਸ ਤੋਂ ਇਲਾਵਾ ਹੋਰ ਤੁਹਾਨੂੰ ਹਰ ਦੂਸਰੇ ਪੇ ਚੈੱਕ ਦੇ ਵਿੱਚ ਉਹਨਾਂ ਨੇ ਤੁਹਾਨੂੰ ਐਕਸਟਰਾ ਪੇਮੈਂਟ ਦੇਣੀ, ਉਹ ਤੁਹਾਡੀ ਪ੍ਰੋਡਕਟੀਵਿਟੀ ਦੇ ਹਿਸਾਬ ਨਾਲ, ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਹਾਡੀ ਪ੍ਰੋਡਕਟੀਵਿਟੀ ਕਿੰਨੀ ਹੈ, ਤੁਸੀਂ ਕਿੰਨਾ ਤੇਜ਼ ਕੰਮ ਕਰਦੇ ਹੋ, ਹੌਲੀ ਕਰਦੇ ਹੋ ਜਾਂ ਤੇਜ਼ ਕਰਦੇ ਹੋ, ਉਸ ਹਿਸਾਬ ਨਾਲ ਤੁਹਾਨੂੰ ਪੈਸੇ ਆਉਣੇ। ਇਹ ਤਾਂ ਹੋ ਗਿਆ ਪਹਿਲਾ ਕੰਮ ਐਮਾਜ਼ੋਨ। ਦੂਸਰੇ ਕੰਮ ਦੀ ਗੱਲ ਕਰਦੇ ਹਾਂ, ਬਹੁਤ ਠੰਡ ਹੋਈ ਪਈ ਆ ਬਾਹਰ, ਮੈਂ ਬਾਹਰ ਖੜ ਕੇ ਵੀਡੀਓ ਬਣਾਉਣੀ ਸੀ ਬਟ ਬਾਹਰ ਇੱਕ ਤਾਂ ਠੰਡ ਬਹੁਤ ਆ ਅਤੇ ਇੱਕ ਹਵਾ ਬਹੁਤ ਚੱਲ ਰਹੀ ਆ, ਉਹਦੇ ਕਰਕੇ ਆਵਾਜ਼ 'ਚ ਪ੍ਰੋਬਲਮ ਆਉਣੀ ਸੀ, ਇਸ ਲਈ ਮੈਂ ਕਿਹਾ ਨਾ ਗੱਡੀ 'ਚ ਬਹਿ ਕੇ ਬਣਾਈ ਜਾਵੇ। ਅਤੇ ਅਗਲੀ ਜੋਬ ਦੀ ਅਸੀਂ ਗੱਲ ਕਰਨੀ ਹੁਣ ਸਿਕਿਉਰਿਟੀ। ਸਿਕਿਉਰਿਟੀ ਕੈਨੇਡਾ ਦੇ ਵਿੱਚ ਜੇ ਅਸੀਂ ਫੁੱਲ ਟਾਈਮ ਜੋਬ ਕਰ ਰਹੇ ਤੁਸੀਂ ਕਹਿ ਸਕਦੇ ਹੋ ਈਜ਼ੀਐਸਟ ਜੋਬ, ਤੁਸੀਂ ਕਹਿ ਸਕਦੇ ਹੋ ਈਜ਼ੀਐਸਟ ਵੀ ਨਹੀਂ ਹੁੰਦੀ ਆ ਮਤਲਬ, ਬਟ ਜਨਰਲ ਲੇਬਰ ਨਾਲੋਂ ਬੈਟਰ ਜੋਬ ਆ ਸਿਕਿਉਰਿਟੀ। ਇਹਦੇ ਵਿੱਚ ਇੱਕ ਤਾਂ ਵਾਈਟ ਕੋਲਰ ਜੋਬ ਆ ਅਤੇ ਦੂਸਰੀ ਤੁਸੀਂ ਟੋਰ ਦੇ ਨਾਲ ਤਿਆਰ ਸ਼ਿਆਰ ਹੋ ਕੇ ਜਾਣਾ, ਉੱਥੇ ਜਾ ਕੇ ਬਸ ਤੁਹਾਨੂੰ ਇੱਦਾਂ ਫੀਲ ਆਉਣੀ ਜਦੋਂ ਅਸੀਂ ਪੁਲਿਸ ਦੇ ਵਿੱਚ ਹੁੰਦੇ ਹਾਂ। ਮਤਲਬ ਜਨਰਲ ਲੇਬਰ ਵਾਂਗੂ ਤੁਹਾਨੂੰ ਹਰ ਵੇਲੇ ਨਾ ਇੱਧਰ ਉੱਧਰ ਤੁਰਨਾ ਫਿਰਨਾ ਨਹੀਂ ਪੈਣਾ, ਤੁਹਾਨੂੰ ਭਾਰ ਨਹੀਂ ਚੱਕਣਾ ਪੈਣਾ, ਇਹ ਇੱਕ ਵਾਈਟ ਕੋਲਰ ਜੋਬ ਆ। ਅਤੇ ਸਿਕਿਉਰਿਟੀ ਦਾ ਪੇ ਰੇਟ ਕਿੰਨਾ ਹੁੰਦਾ, ਸਿਕਿਉਰਿਟੀ ਦਾ ਪੇ ਰੇਟ ਆਲਮੋਸਟ ਤੁਸੀਂ ਕਹਿ ਸਕਦੇ ਹੋ ਸਟਾਰਟਿੰਗ $14 ਤਾਂ ਹੀ ਹੁੰਦਾ ਉੱਦਾਂ, ਬਟ ਫਿਰ ਬਾਅਦ 'ਚ $15-16 ਹੋ ਜਾਂਦਾ, ਇਸ ਤੋਂ ਵੱਧ ਨਹੀਂ ਹੁੰਦਾ। ਬਾਅਦ 'ਚ ਸੁਪਰਵਾਈਜ਼ਰ ਜੇ ਬੰਦਾ ਬਣ ਜਾਵੇ ਫਿਰ ਉਹਦਾ ਹੁੰਦਾ ਆ ਉਸ ਤੋਂ ਵੱਧ। ਅਤੇ ਸਿਕਿਉਰਿਟੀ ਦੇ ਵਿੱਚ ਕੀ ਕਰਨਾ ਹੁੰਦਾ ਤੁਸੀਂ, ਇਹਦੇ ਵਿੱਚ ਤੁਹਾਨੂੰ ਤੁਸੀਂ ਇੱਕ ਤਾਂ ਤਿਆਰ ਸ਼ਿਆਰ ਹੋ ਕੇ ਜਾਣਾ ਅਤੇ ਤੁਹਾਨੂੰ ਕਿਤੇ ਵੀ ਕੰਮ ਮਿਲ ਸਕਦਾ, ਲਾਈਕ ਅਪਾਰਟਮੈਂਟਸ ਦੇ ਵਿੱਚ, ਅਪਾਰਟਮੈਂਟਸ ਦੇ ਵਿੱਚ ਜੇ ਤੁਹਾਨੂੰ ਕੰਮ ਮਿਲ ਗਿਆ ਤੁਸੀਂ ਉੱਥੇ ਜਾ ਕੇ ਬੈਠਣਾ, ਉਹਨਾਂ ਦੀ ਐਂਟਰੀਜ਼ ਵਗੈਰਾ, ਜਿਹਨੇ ਆਉਣਾ ਤੁਸੀਂ ਉਹਦੀ ਐਂਟਰੀ ਪਾਉਣੀ। ਅਤੇ ਬਾਕੀ ਜੇ ਅਪਾਰਟਮੈਂਟ ਦੇ ਵਿੱਚ ਕੁਛ ਹੋ ਗਿਆ, ਜੇ ਕੋਈ ਕਿਸੇ ਨੇ ਕਿਸੇ ਰੂਮ ਦੇ ਵਿੱਚ ਕੰਪਲੇਂਟ ਆਈ ਤੁਸੀਂ ਉਹ ਕੰਪਲੇਂਟ ਦੇਖਣ ਜਾਣੀ। ਅਤੇ ਹੋਰ ਵੇਅਰ ਹਾਊਸ ਦੇ ਵਿੱਚ ਹੁੰਦੇ ਆ, ਉੱਥੇ ਤੁਹਾਨੂੰ ਪੈਟਰੋਲਸ ਵਗੈਰਾ ਕਰਨੇ ਪੈਂਦੇ, ਪੈਟਰੋਲ ਮਤਲਬ ਤੁਹਾਨੂੰ ਰਾਤ ਕੁਝ ਕੁ ਘੰਟਿਆਂ ਬਾਅਦ ਦੁਬਾਰਾ ਜਾ ਕੇ ਸਾਰੇ ਵੇਅਰ ਹਾਊਸ 'ਚ ਘੁੰਮਣਾ ਪੈਣਾ, ਦੇਖਣਾ ਪੈਣਾ ਕੁਛ ਗਲਤ ਤਾਂ ਨਹੀਂ ਹੋਇਆ ਪਿਆ, ਕੁਛ ਟੁੱਟਿਆ ਤਾਂ ਨਹੀਂ ਹੈਗਾ, ਸਾਰਾ ਕੁਛ ਸਹੀ ਆ। ਰਿਪੋਰਟਸ ਲਿਖਣੀਆਂ ਪੈਂਦੀਆਂ ਤੁਹਾਨੂੰ, ਤੁਸੀਂ ਹਾਇਰ ਹੋ ਉਹ ਵੀ ਤੁਹਾਨੂੰ ਬੈਨੀਫਿਟਸ ਦਿੰਦੇ ਹੁੰਦੇ ਆ। ਅਤੇ ਸਭ ਤੋਂ ਵਧੀਆ ਚੀਜ਼ ਇਹ ਆ ਕਿ ਤੁਹਾਨੂੰ ਇਹਦੇ ਵਿੱਚ ਜ਼ਿਆਦਾ ਨੱਠ ਭੱਜ ਨਹੀਂ ਕਰਨੀ ਪੈਣੀ, ਇਹ ਜੋਬ ਸਭ ਤੋਂ ਵਧੀਆ ਉਹਨਾਂ ਦੇ ਲਈ ਆ ਜਿਹੜੇ ਬੈਠ ਕੇ ਕੰਮ ਕਰਨਾ ਜ਼ਿਆਦਾ ਔਖੇ ਨਹੀਂ ਹੋਣਾ ਚਾਹੁੰਦੇ ਇਹ ਕੰਮ ਕਰਦੇ ਹੋਏ, ਉਹ ਚਾਹੁੰਦੇ ਆ ਕਿ ਸਾਨੂੰ ਰਿਲੈਕਸੇਸ਼ਨ ਵਾਲੀ ਜੋਬ ਚਾਹੀਦੀ ਆ। ਜਿਹੜੇ ਬਜ਼ੁਰਗ ਹੁੰਦੇ ਆ ਜ਼ਿਆਦਾਤਰ ਜਿੱਦਾਂ 50-60 ਸਾਲ ਦੇ, ਜਿਹਨਾਂ ਤੋਂ ਜ਼ਿਆਦਾ ਤੁਰ ਫਿਰ ਨਹੀਂ ਹੁੰਦਾ, ਜ਼ਿਆਦਾ ਉਹ ਮਿਹਨਤ ਨਹੀਂ ਕਰ ਸਕਦੇ, ਉਹਨਾਂ ਲਈ ਇਹ ਬੈਸਟ ਜੋਬ ਆ। ਨੈਕਸਟ ਹੁਣ ਤੀਸਰੀ ਚੀਜ਼ 'ਤੇ ਅਸੀਂ ਗੱਲ ਕਰਦੇ ਹਾਂ ਫੋਕਲਿਫਟ ਓਪਰੇਟਰ। ਤੁਸੀਂ ਸੁਣਿਆ ਹੀ ਹੋਣਾ ਨਾਮ ਫੋਕਲਿਫਟ
ਇਹਦਾ ਕੰਮ ਮੈਂ ਵੀ ਬਹੁਤ ਕੀਤਾ ਬ੍ਰੈਂਪਟਨ ਦੇ ਵਿੱਚ ਸੀਗਾ ਜਦੋਂ ਮੈਂ ਰਹਿੰਦਾ ਤੇ ਇਹਦੇ ਵਿੱਚ ਕਮਾਈ ਵੀ ਬਹੁਤ ਵਧੀਆ ਆ ਕੈਸ਼ ਤੇ ਵੀ ਬਹੁਤ ਕੰਮ ਮਿਲਦਾ ਆ ਇਹ ਆ ਕਿ ਜਿਹੜੇ ਸਟੂਡੈਂਟ ਹੁੰਦੇ ਉਹ ਵੀ ਕਾਫੀ ਕੰਮ ਕਰ ਲੈਂਦੇ ਉਹਦੇ ਤੇ ਜਿੰਨਾ ਕੁ ਮੈਨੂੰ ਪਤਾ ਆ ਤੇ ਉਹ ਆਪਣੀ ਫੀਸਾਂ ਵੀ ਕੱਢ ਲੈਂਦੇ ਇਹਦੇ ਕਰਕੇ ਫੋਕਲਿਫਟ ਤੁਸੀਂ ਨੈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਕੀ ਹੁੰਦੀਆਂ ਆ ਇਹ ਚਾਰ ਤਰ੍ਹਾਂ ਦੀਆਂ ਹੁੰਦੀਆਂ ਮੇ ਬੀ ਉਸ ਤੋਂ ਵੀ ਵੱਧ ਹੋ ਸਕਦੀਆਂ ਬਟ ਜਿਹੜੀ ਮੇਨ ਹੁੰਦੀ ਆ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਹੁੰਦੀ ਕਾਊਂਟਰ ਬੈਲੈਂਸ ਉਹ ਵੀ ਮੈਂ ਕੰਮ ਕੀਤਾ ਇੱਕ ਹੁੰਦੀ ਆਰਡਰ ਪਿਕਰ ਉਹਦਾ ਵੀ ਕੀਤਾ ਇੱਕ ਰੀਚ ਹੁੰਦੀ ਆ ਤੇ ਇੱਕ ਹੁੰਦੀ ਆ ਡੌਗ ਸਟਾਕਰ ਇਹ ਚਾਰ ਹੁੰਦੀਆਂ ਆ ਤੇ ਇਸ ਤੋਂ ਇਲਾਵਾ ਵੀ ਹੁੰਦੀਆਂ ਕੋਈ ਛੋਟੀਆਂ ਮੋਟੀਆਂ ਬਟ ਇਹ ਮੇਨ ਹੁੰਦੀਆਂ ਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਆ ਇਹਦਾ ਕੀ ਕੰਮ ਹੁੰਦਾ ਤੇ ਕਿੱਥੇ ਹੁੰਦਾ ਇਹ ਕੰਮ ਹੁੰਦਾ ਹੁਣ ਤੁਸੀਂ ਇਹ ਅਲੱਗ ਅਲੱਗ ਫੋਕਲਿਫਟ ਦਾ ਅਲੱਗ ਅਲੱਗ ਕੰਮ ਹੁੰਦਾ ਆ ਜਿਹੜੀ ਹੁੰਦੀ ਆਰਡਰ ਪਿਕਰ ਉਹ ਹੁੰਦੀ ਆ ਅਸੀਂ ਜਿੱਦਾਂ ਐਮਾਜ਼ੋਨ ਹੋ ਗਏ ਵਾਲਮਾਰਟ ਹੋ ਗਏ ਵੇਅਰ ਹਾਊਸ ਹੁੰਦੇ ਨਾ ਜਿੱਥੋਂ ਅਸੀਂ ਆਨਲਾਈਨ ਸ਼ੋਪਿੰਗ ਕਰਦੇ ਹਾਂ ਮੋਸਟਲੀ ਇਹ ਉੱਥੇ ਯੂਜ਼ ਹੁੰਦੇ ਆ ਕਿਉਂਕਿ ਜਿਹੜੇ ਆਰਡਰ ਆਉਂਦੇ ਆ ਅਸੀਂ ਇੱਕ ਇੱਕ ਚੀਜ਼ ਮੰਗਵਾਉਂਦੇ ਹਾਂ ਤੇ ਉਹ ਵਾਲਾ ਆਰਡਰ ਸਾਨੂੰ ਇੱਕ ਇੱਕ ਚੱਕਣਾ ਪੈਂਦਾ ਤੇ ਆਇਲਸ ਦੇ ਵਿੱਚ ਜਾ ਕੇ ਫਿਰ ਸਾਨੂੰ ਮਸ਼ੀਨ ਦੇ ਨਾਲ ਉੱਪਰ ਨੂੰ ਜਾਣਾ ਪੈਂਦਾ ਵੱਡੀਆਂ ਵੱਡੀਆਂ ਆਇਲਸ ਬਣੀਆਂ ਹੁੰਦੀਆਂ ਘੱਟੋ ਘੱਟ 20-20 ਫੁੱਟ ਤੱਕ ਦੀਆਂ ਤੇ ਸਾਨੂੰ ਉੱਪਰ ਤੱਕ ਮਸ਼ੀਨ ਦੇ ਨਾਲ ਜਾਣਾ ਪੈਂਦਾ ਤੇ ਫਿਰ ਮਸ਼ੀਨ ਸਾਨੂੰ ਉੱਪਰ ਲੈ ਜਾਂਦੀ ਅਸੀਂ ਉੱਪਰ ਜਾ ਕੇ ਸਮਾਨ ਚੱਕ ਕੇ ਰੱਖ ਲੈਣਾ ਤੇ ਇਹ ਹੁੰਦੀ ਆਰਡਰ ਪਿਕਰ ਤੇ ਇਸ ਤੋਂ ਇਲਾਵਾ ਹੋਰ ਹੁੰਦੀ ਕਾਊਂਟਰ ਬੈਲੈਂਸ ਦੇ ਵਿੱਚ ਤੁਹਾਨੂੰ ਤੁਸੀਂ ਜਿੱਦਾਂ ਗੱਡੀ ਚਲਾ ਰਹੇ ਹੋ ਨਾ ਡਰਾਈਵ ਕਰਦੇ ਹੋ ਇੱਦੀ ਤੁਸੀਂ ਚਲਾਉਣੀ ਆ ਤੁਹਾਡੇ ਪੈਰ ਦੇ ਵਿੱਚ ਰੇਸ ਹੋਣੀ ਆ ਤੁਸੀਂ ਚਲਾਉਣੀ ਤੇ ਅੱਗੇ ਫੋਕਸ ਹੁੰਦੀਆਂ ਉਹਨਾਂ ਨੇ ਉੱਪਰ ਜਾਣਾ ਉਹਨਾਂ ਨੇ ਪੂਰੀ ਦੀ ਪੂਰੀ ਸਕਿੱਡ ਲਾ ਕੇ ਲਿਆਉਣੀ ਥੱਲੇ ਤੇ ਇਹਨਾਂ ਦੀ ਪੇ ਕਿੰਨੀ ਹੁੰਦੀ ਹੈ ਇਹਦੀ ਕਾਊਂਟਰ ਬੈਲੈਂਸ ਦੀ ਤੇ ਨਾਲੇ ਜਿਹੜੀ ਆਰਡਰ ਪਿਕਰ ਹੈ ਇਹਨਾਂ ਦੀ ਆਲਮੋਸਟ ਪੇ ਸੇਮ ਹੀ ਹੁੰਦੀ ਆ ਬਟ ਇਹ ਡਿਪੈਂਡ ਕਰਦਾ ਲੋਕੇਸ਼ਨ ਤੇ ਤੁਸੀਂ ਕਿੱਥੇ ਕੰਮ ਕਰਦੇ ਹੋ ਪਰ ਇਹਨਾਂ ਦੀ ਆਲਮੋਸਟ ਪੇ ਜਿੱਦਾਂ ਕਿ ਮੈਂ ਤੁਹਾਨੂੰ ਆਪਣਾ ਦੱਸਾਂ ਮੈਂ ਬ੍ਰੈਂਪਟਨ ਕੰਮ ਕਰਦਾ ਸੀਗਾ SCI ਲੋਜਿਸਟਿਕਸ ਜਿਹੜਾ ਹੈਗਾ ਆ ਵਾਲਮਾਰਟ ਦਾ ਵੇਅਰ ਹਾਊਸ ਉੱਥੇ ਮੈਂ ਕੰਮ ਕਰਦਾ ਸੀ ਉਹ ਮੈਨੂੰ ਪੇ ਕਰਦੇ ਸੀਗੇ $19.50 ਮਤਲਬ $19.50 ਪਰ ਆਵਰ ਮੈਨੂੰ ਪੇ ਕਰਦੇ ਸੀਗੇ ਉਹ ਤੇ ਉੱਥੇ ਓਵਰ ਟਾਈਮ ਵੀ ਕਾਫੀ ਲੱਗ ਜਾਂਦਾ 40 hours ਤੱਕ ਸਾਨੂੰ $19.50 ਮਿਲਦੇ ਹੁੰਦੇ ਆ ਪਰ ਆਵਰ ਤੇ ਉਸ ਤੋਂ ਇਲਾਵਾ ਉਸ ਤੋਂ ਬਾਅਦ ਪੇ ਡੇਢ ਗੁਣਾ ਹੋ ਜਾਂਦੀ ਹੈ ਤੇ 60 hours ਤੱਕ ਮੈਕਸੀਮਮ ਕੰਮ ਕਰ ਸਕਦੇ ਹਾਂ ਇੱਕ ਵੀਕ ਦੇ ਵਿੱਚ ਤੇ ਅੱਗੇ ਆਉਂਦੀ ਰੀਚ ਰੀਚ ਦੀ ਪੇ ਸਭ ਤੋਂ ਵੱਧ ਮਿਲਦੀ ਜਿਹੜੀ ਰੀਚ ਫੋਕਲਿਫਟ ਨਾ ਉਹਦੀ ਬ੍ਰੈਂਪਟਨ ਦੇ ਵਿੱਚ ਤੁਸੀਂ ਆਰਾਮ ਨਾਲ $22-23 ਤੱਕ ਵੀ ਲੈ ਸਕਦੇ ਹੋ ਪਰ ਆਵਰ ਬਹੁਤ ਵਧੀਆ ਕੰਮ ਬਹੁਤ ਵਧੀਆ ਤੁਸੀਂ ਇਹ ਚ ਕਮਾ ਸਕਦੇ ਹੋ ਤੁਸੀਂ ਸੋਚ ਲਓ ਨਾ ਆਪ ਹੀ ਕਈ ਵਾਰੀ 60-60 hours ਲੱਗ ਜਾਂਦੇ ਤੁਸੀਂ ਵੀਕ ਦਾ $1000 $1200 ਬਣਾ ਸਕਦੇ ਹੋ ਤੁਹਾਨੂੰ ਸਲਾਹ ਦਊਂਗਾ ਤੁਸੀਂ ਇੰਡੀਆ ਤੋਂ ਆ ਕੇ ਸਭ ਤੋਂ ਪਹਿਲਾਂ ਫੋਕਲਿਫਟ ਦਾ ਲਾਇਸੈਂਸ ਬਣਵਾ ਲਓ ਤੇ ਉਹਦੇ ਨਾਲ ਹੀ ਤੁਸੀਂ ਜੇ ਤੁਹਾਡੇ ਹੋ ਸਕੇ ਤੁਸੀਂ ਸਿਕਿਉਰਿਟੀ ਦਾ ਲਾਇਸੈਂਸ ਵੀ ਬਣਵਾ ਲਓ ਕਿਉਂਕਿ ਇਹ ਦੋ ਜੋਬਸ ਨੇ ਜਿਹੜੀਆਂ ਤੁਹਾਡੇ ਲੋੜ ਪੈਣ ਤੇ ਬਹੁਤ ਕੰਮ ਆਉਂਦੀਆਂ ਜੇ ਤੁਹਾਡੇ ਲਾਇਸੈਂਸ ਹੋਵੇ ਹੱਥ ਦੇ ਵਿੱਚ ਅਦਰਵਾਈਜ਼ ਤੁਸੀਂ ਜਨਰਲ ਲੇਬਰ ਕਰਦੇ ਰਹਿਣਾ ਉਹਦੇ ਲਈ ਤੁਹਾਨੂੰ ਇੰਨੀ ਪੇ ਨਹੀਂ ਮਿਲਣੀ ਤੁਹਾਡਾ ਸਰੀਰ ਬਹੁਤ ਟੁੱਟਣਾ ਉਹਦੇ ਵਿੱਚ ਤਿੰਨ ਜੋਬਸ ਹੋ ਗਈਆਂ ਸਾਡੀਆਂ ਤੇ ਹੁਣ ਕਰਦੇ ਹਾਂ ਚੌਥੀ ਦੀ ਗੱਲ ਤੇ ਚੌਥੀ ਹੈਗੀ ਆ ਕੰਸਟਰਕਸ਼ਨ ਕੰਸਟਰਕਸ਼ਨ ਬਾਰੇ ਤੁਸੀਂ ਸੁਣਿਆ ਹੀ ਹੋਣਾ ਆ ਤੇ ਕੰਸਟਰਕਸ਼ਨ ਵੀ ਇੱਕ ਬਹੁਤ ਵਧੀਆ ਜੋਬ ਆ ਮੰਨੀ ਜਾਂਦੀ ਆ ਪਰ ਇਹਦੇ ਚ ਮਿਹਨਤ ਬਹੁਤ ਹੀ ਜ਼ਿਆਦਾ ਲੱਗਦੀ ਆ ਤੁਹਾਨੂੰ ਮਿਹਨਤ ਬਹੁਤ ਕਰਨੀ ਪੈਂਦੀ ਹੈ ਇਹ ਚ ਬਹੁਤ ਜਾਨ ਲੱਗਦੀ ਆ ਤੁਹਾਡੀ ਬਹੁਤ ਤਰ੍ਹਾਂ ਦੀ ਕੰਸਟਰਕਸ਼ਨ ਹੁੰਦੀ ਆ ਲਾਈਕ ਜਿਹੜੇ ਘਰ ਬਣਾਉਂਦੇ ਹੁੰਦੇ ਆ ਲੱਕੜ ਦੇ ਇਹ ਵੀ ਕੰਸਟਰਕਸ਼ਨ ਹੋਰ ਕੰਕਰੀਟ ਵਾਲੀ ਕੰਸਟਰਕਸ਼ਨ ਜਿਹੜੀਆਂ ਬੇਸਮੈਂਟਸ ਵਗੈਰਾ ਬਣਦੇ ਹੁੰਦੇ ਆ ਡਰਾਈ ਵਾਲਸ ਵਗੈਰਾ ਪਾਉਂਦੇ ਹੁੰਦੇ ਆ ਜਿਹੜੀ ਕੰਧਾਂ ਆ ਸਾਈਡ ਤੇ ਹਨਾ ਆ ਸਾਰੀਆਂ ਆਲੇ ਦੁਆਲੇ ਕੰਧਾਂ ਬਣੀਆਂ ਹੋਈਆਂ ਇਹ ਬਣਾਉਣੀਆਂ ਲੱਕੜ ਦੀਆਂ ਹੁੰਦੀਆਂ ਤੇ ਬਾਕੀ ਕੰਕਰੀਟ ਵਾਲੀ ਕੰਸਟਰਕਸ਼ਨ ਹੁੰਦੀ ਆ ਜਿਹੜੀ ਬਜਰੀ ਨੀ ਪਾਣੀ ਪੈਂਦੀ ਥੱਲੇ ਆ ਬਾਹਰ ਫਲੋਰ ਬਣਦੇ ਹੁੰਦੇ ਆ ਪੱਥਰ ਦੇ ਉੱਥੇ ਬਜਰੀ ਘੋਲ ਕੇ ਪਾਣੀ ਸੀਮਟ ਦੇਣਾ ਬਹੁਤ ਮਿਹਨਤ ਲੱਗਦੀ ਮਤਲਬ ਬਹੁਤ ਭਾਰੀ ਚੀਜ਼ ਬਹੁਤ ਭਾਰੀ ਹੁੰਦੀ ਆ ਪਰ ਇਹ ਕੰਮ ਬਹੁਤ ਵਧੀਆ ਆ ਆਪਣੇ ਪੰਜਾਬੀ ਆ ਬ੍ਰੈਂਪਟਨ ਦੇ ਵਿੱਚ ਜਿਹੜੇ ਪੈਸੇ ਘੱਟ ਦਿੰਦੇ ਨੇ ਇਹਦੇ ਵਿੱਚ ਉਹਨਾਂ ਨੇ ਤਾਂ ਕੈਸ਼ ਤੇ ਲਗਾਏ ਹੋਏ ਨੇ ਆਪਣੇ ਬੰਦੇ $10-10 ਦੇ ਜੋ ਕਿ ਬਹੁਤ ਗਲਤ ਗੱਲ ਆ ਜੇ ਅਸੀਂ ਲੀਗਲੀ ਕੰਮ ਕਰੀਏ ਇਹ ਤਾਂ ਫਿਰ ਸਾਨੂੰ ਜੇ ਅਸੀਂ ਗੋਰਿਆਂ ਨਾਲ ਕੰਮ ਕਰੀਏ ਮੇਰੇ ਫਰੈਂਡਸ ਆ ਕੁਝ ਉਹ ਕੰਮ ਕਰਦੇ ਨੇ $25-25 ਤੇ ਕੰਸਟਰਕਸ਼ਨ ਤੇ ਬਹੁਤ ਵਧੀਆ ਪੈਸੇ ਬਣਾਉਂਦੇ ਨੇ ਨਾਲ ਇੱਥੇ ਹੀ ਆ ਉਹ ਇੱਥੇ ਹੈਲੀਫੈਕਸ ਵਿੱਚ ਕੰਮ ਕਰਦੇ ਨੇ ਬ੍ਰੈਂਪਟਨ ਦੇ ਵਿੱਚ ਵੀ ਟੋਰੋਂਟੋ ਵਾਲੀ ਸਾਈਡ ਜਿਹੜੇ ਗੋਰਿਆਂ ਨਾਲ ਕੰਮ ਕਰਦੇ ਕੰਸਟਰਕਸ਼ਨ ਦੇ ਵਿੱਚ ਉਹ $25 $30 ਇੱਦਾਂ ਘੰਟੇ ਦੇ ਕਮਾਉਂਦੇ ਨੇ ਮਤਲਬ ਇਹ ਆ ਕਿ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਹੋ ਇਹ ਇੱਕ ਸਕਿੱਲ ਜੋਬ ਆ ਅੱਗੇ ਜਾ ਕੇ ਤੁਸੀਂ ਬਹੁਤ ਇਹਦੇ 'ਚ ਪੈਸਾ ਕਮਾ ਸਕਦੇ ਹੋ ਜੇ ਤੁਹਾਨੂੰ ਆਉਂਦੇ ਹੀ ਜਦੋਂ ਸਟੂਡੈਂਟ ਬੇਸ ਤੇ ਹੁੰਦੇ ਤੁਹਾਨੂੰ ਇਹ 'ਚ ਕੰਮ ਮਿਲਦਾ ਆ ਤਾਂ ਵਧੀਆ ਤੁਸੀਂ ਕਰ ਲਓ ਮਿਹਨਤ ਜ਼ਰੂਰ ਆ ਪਰ ਜੇ ਇੱਕ ਵਾਰ ਤੁਸੀਂ ਇਹ ਕੰਮ ਸਿੱਖ ਲਿਆ ਤੁਸੀਂ ਅੱਗੇ ਬਹੁਤ ਵਧੀਆ ਪੈਸਾ ਕਮਾ ਸਕਦੇ ਹੋ ਇਹਦੇ ਵਿੱਚ ਹੁਣ ਪੰਜਵੇਂ ਨੰਬਰ ਤੇ ਗੱਲ ਕਰਦੇ ਹਾਂ ਸਭ ਤੋਂ ਆਖਰੀ ਜੋਬ ਉਹ ਹੈਗੀ ਆ ਗੱਡੀ ਵਾਲਿਆਂ ਲਈ ਜਿਹਨਾਂ ਦੇ ਕੋਲ ਕਾਰ ਆ ਜਿਹੜੇ ਆਉਂਦੇ ਹੀ ਕਾਰ ਲੈ ਲੈਂਦੇ ਨੇ ਜਿਹੜੇ ਸਟੂਡੈਂਟ ਵੀ ਹੁੰਦੇ ਨੇ ਤੇ ਉੱਦਾਂ ਵੀ ਵਰਕ ਪਰਮਿਟ ਤੇ ਜਿਹਦੇ ਕੋਲ ਕਾਰ ਹੁੰਦੀ ਆ ਤੇ ਸਭ ਤੋਂ ਵਧੀਆ ਜੋਬ ਉਹਨਾਂ ਲਈ ਹੈਗੀ ਆ ਸਭ ਤੋਂ ਪਹਿਲੀ ਉਬਰ ਜੋ ਕਿ ਉਬਰ ਇੱਕ ਤਾਂ ਉਬਰ ਡਰਾਈਵਰ ਹੋ ਗਈ ਇੱਕ ਉਬਰ ਈਟਸ ਹੋ ਗਈ ਹਾਲੇ ਤਾਂ ਉਬਰ ਡਰਾਈਵਰ ਬੰਦ ਆ ਬੰਦ ਨਹੀਂ ਹੈਗੀ ਮਤਲਬ ਕਹਿ ਸਕਦੇ ਤੁਸੀਂ ਘੱਟ ਆ ਕੋਰੋਨਾ ਵਾਇਰਸ ਕਰਕੇ ਬਟ ਇਹਦੇ ਵਿੱਚ ਪੈਸਾ ਬਹੁਤ ਆ ਕਈ ਆਪਣੇ ਬੰਦੇ ਨੇ ਉਹ ਵੀਕ ਦਾ ਇਹਦੇ ਵਿੱਚ ਜਿਸ ਵੇਲੇ ਵਧੀਆ ਚੱਲਦੇ ਸੀ ਉਸ ਵੇਲੇ $2000 ਵੀ ਇੱਕ ਵੀਕ ਦਾ ਬਣਾ ਲੈਂਦੇ ਸੀ ਉਬਰ ਦੇ ਵਿੱਚ ਹੀ
ਤੇ ਉਬਰ ਦੇ ਉਬਰ ਈਟਸ ਕਰ ਸਕਦੇ ਹੋ ਤੁਸੀਂ ਉਬਰ ਈਟਸ ਇੱਥੇ ਚੱਲਦੀ ਹੈ ਉਹਦੇ ਵਿੱਚ ਬਹੁਤ ਪੈਸੇ ਬਣਦੇ ਨੇ ਉਹਦੇ 'ਚ ਟਿਪਸ ਵਗੈਰਾ ਮਿਲ ਜਾਂਦੀ ਆ ਉੱਦਾਂ ਵੀ ਵਧੀਆ ਪੈਸੇ ਬਣਦੇ ਨੇ ਤੇ ਇਸ ਤੋਂ ਇਲਾਵਾ ਸਕਿੱਪ ਦਾ ਡਿਸ਼ਿਸ ਉਹ ਵੀ ਫੂਡ ਡਿਲੀਵਰੀ ਐਪ ਆ ਉਹ ਵਧੀਆ ਕਰ ਸਕਦੇ ਹੋ ਡੋਰ ਡੈਸ਼ ਉਹ ਵੀ ਫੂਡ ਡਿਲੀਵਰੀ ਐਪ ਆ ਤੇ ਹੋਰ ਬਹੁਤ ਕੰਮ ਹੁੰਦਾ ਆ ਤੁਸੀਂ ਐਮਾਜ਼ੋਨ ਦੀਆਂ ਡਿਲੀਵਰੀਜ਼ ਕਰ ਸਕਦੇ ਹੋ ਗੱਡੀ ਦੇ ਉੱਤੇ ਤੁਸੀਂ ਰਾਈਡਸ ਦੇ ਸਕਦੇ ਹੋ ਕਿਸੇ ਨੂੰ ਜੇ ਕਿਸੇ ਨੇ ਕੰਮ ਤੇ ਜਾਣਾ ਤਾਂ ਪਿਕ ਮੀ ਅਪ ਕਰਕੇ ਇੱਦਾਂ ਕਰਕੇ ਕੋਈ ਐਪ ਆਉਂਦੀ ਆ ਉਹਦੇ ਵਿੱਚ ਤੁਸੀਂ ਏਅਰਪੋਰਟ ਤੇ ਛੱਡ ਕੇ ਆਉਣਾ ਹੁੰਦਾ ਕਿਸੇ ਨੂੰ ਤੇ ਇਹ ਹੋ ਸਕਦੀ ਆ ਮਤਲਬ ਇਹ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕੈਨੇਡਾ ਦੇ ਵਿੱਚ ਆਉਂਦੇ ਹੀ ਆ ਨਾ ਜੇ ਤੁਸੀਂ ਸਟੂਡੈਂਟ ਆ ਰਹੇ ਹੋ ਤਾਂ ਆਉਂਦੇ ਹੀ ਤੁਸੀਂ ਟਰਾਈ ਕਰੋ ਜਿੰਨੀ ਜਲਦੀ ਤੁਸੀਂ ਆਪਣਾ ਕਾਰ ਦਾ ਲਾਇਸੈਂਸ ਬਣਵਾ ਸਕਦੇ ਹੋ ਬਣਵਾਓ ਜੇ ਤੁਸੀਂ ਹਾਲੇ ਆਉਣਾ ਆ ਤਾਂ ਫਿਰ ਇਹ ਸੋਚ ਲਓ ਕਿ ਤੁਸੀਂ ਇੰਡੀਆ ਆਪਣਾ ਕਾਰ ਦਾ ਲਾਇਸੈਂਸ ਬਣਵਾ ਲਓ ਤੁਹਾਨੂੰ ਇੱਥੇ ਉਹਦਾ ਬਹੁਤ ਫਾਇਦਾ ਹੋਣਾ ਜਦੋਂ ਤੁਸੀਂ ਆਉਣਾ ਤੇ ਇਸ ਤੋਂ ਇਲਾਵਾ ਜੇ ਨਹੀਂ ਹੈਗਾ ਇੰਡੀਆ ਦਾ ਫਿਰ ਆਉਂਦੇ ਹੀ ਇੱਥੇ ਕਾਰ ਦਾ ਲਾਇਸੈਂਸ ਬਣਵਾ ਲਓ ਤਾਂ ਕਿ ਤੁਸੀਂ ਈਜ਼ੀਲੀ ਅੱਗੇ ਜਾ ਕੇ ਵਧੀਆ ਕਮਾ ਸਕੋ ਤੇ ਡਰਾਈਵਿੰਗ ਦੇ ਵਿੱਚ ਹੀ ਆਉਂਦੀ ਆ ਇੱਕ ਟਰੱਕਿੰਗ ਦੀ ਜੋਬ ਜੇ ਤੁਸੀਂ ਵਰਕ ਪਰਮਿਟ ਤੇ ਹੋ ਜੇ ਤੁਸੀਂ ਟਰੱਕ ਦਾ ਲਾਇਸੈਂਸ ਬਣਵਾ ਸਕਦੇ ਹੋ ਜਲਦੀ ਤੋਂ ਜਲਦੀ ਜੇ ਸੋਚਿਆ ਹੋਇਆ ਟਰੱਕ ਚਲਾਉਣਾ ਜ਼ਬਰਦਸਤੀ ਨਹੀਂ ਹੈ ਜੇ ਤੁਸੀਂ ਸੋਚਿਆ ਹੋਇਆ ਫਿਰ ਤੁਸੀਂ ਟਰੱਕ ਦਾ ਲਾਇਸੈਂਸ ਬਣਵਾ ਸਕਦੇ ਹੋ ਟਰੱਕਿੰਗ ਦੇ ਵਿੱਚ ਬਹੁਤ ਕਮਾਈ ਆ ਉਹਦੀ ਮੈਂ ਵੀਡੀਓ ਬਣਾਈ ਹੋਈ ਆ ਅਲੱਗ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਪਾ ਦੂੰਗਾ ਤੁਸੀਂ ਦੇਖ ਲਈਓ ਟਰੱਕਿੰਗ ਦੀ ਜੋਬ ਟਰੱਕਿੰਗ ਦਾ ਲਾਇਸੈਂਸ ਕਿੱਦਾਂ ਬਣਦਾ ਕਿੱਦਾਂ ਕਿੱਦਾਂ ਕਿੰਨੀ ਕਮਾਈ ਆ ਉਹਦੇ ਵਿੱਚ ਤੁਸੀਂ ਉਹ 'ਚ ਦੇਖ ਸਕਦੇ ਹੋ ਤੇ ਬਸ ਇੰਨੀ ਕੀ ਸੀਗੀ ਵੀਡੀਓ ਅੱਜ ਦੀ ਇਹ 5 ਜੋਬਸ ਨੇ ਜੋ ਕਿ ਮੈਨੂੰ ਕੈਨੇਡਾ ਦੇ ਵਿੱਚ ਸਭ ਤੋਂ ਵਧੀਆ ਲੱਗੀਆਂ ਇਹਦੇ ਲਈ ਤੁਹਾਨੂੰ ਕੋਈ ਐਜੂਕੇਸ਼ਨ ਨਹੀਂ ਚਾਹੀਦੀ ਕੋਈ ਤੁਹਾਨੂੰ ਡਿਪਲੋਮਾ ਨਹੀਂ ਚਾਹੀਦਾ ਕੋਈ ਕੁਛ ਨਹੀਂ ਚਾਹੀਦਾ ਤੁਸੀਂ ਆਰਾਮ ਨਾਲ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਇਹਦੇ ਵਿੱਚ ਇਹਦੇ ਵਿੱਚੋਂ ਸਭ ਤੋਂ ਫੇਵਰੇਟ ਜਿਹੜੀ ਮੇਰੀ ਜੋਬ ਹੈਗੀ ਆ ਉਹ ਹੈਗੀ ਆ ਫੋਕਲਿਫਟ ਆਪਰੇਟਰ ਸਭ ਤੋਂ ਫੇਵਰੇਟ ਜਿਹੜੀ ਹੈਗੀ ਉਹ ਫੋਕਲਿਫਟ ਵਾਲੀ ਤੁਸੀਂ ਟਰਾਈ ਕਰੋ ਫੋਕਲਿਫਟ ਦਾ ਕੰਮ ਲੱਭਣ ਦਾ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਤੇ ਬਸ ਇਹ ਸੀਗੀ ਅੱਜ ਦੀ ਵੀਡੀਓ ਮੈਨੂੰ ਸਾਰੀਆਂ ਇਹ ਜੋਬਸ ਬਹੁਤ ਵਧੀਆ ਲੱਗਦੀਆਂ ਜਿਹੜੀ ਤੁਹਾਡੀ ਫੇਵਰੇਟ ਜੋਬ ਆ ਮੈਨੂੰ ਕਮੈਂਟ ਕਰਕੇ ਦੱਸਿਓ ਕਿਹੜੀ ਜੋਬ ਤੁਹਾਨੂੰ ਸਭ ਤੋਂ ਵਧੀਆ ਲੱਗੀ ਤੁਸੀਂ ਕਿਹੜੀ ਜੋਬ ਕਰਨਾ ਚਾਹੁੰਦੇ ਹੋ ਜਾਂ ਫਿਰ ਕਿਹੜੀ ਤੁਸੀਂ ਹੁਣ ਤੱਕ ਕੀਤੀ ਹੋਈ ਆ ਜਾਂ ਫਿਰ ਕੋਈ ਹੋਰ ਜੇ ਤੁਹਾਡੇ ਦਿਮਾਗ 'ਚ ਹੈਗੀ ਉਹਦਾ ਕਮੈਂਟ ਕਰਕੇ ਮੈਨੂੰ ਦੱਸੋ ਅਸੀਂ ਅਗਲਾ ਵਲੌਗ ਛੇਤੀ ਲੈ ਕੇ ਆਵਾਂਗੇ ਮਿਲਦੇ ਅਗਲੇ ਵਲੌਗ ਦੇ ਵਿੱਚ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੀਓ ਜਿਹੜੇ ਵੀਡੀਓ ਦੇਖ ਰਹੇ ਨੇ ਆਲਰੇਡੀ ਉਹ ਲਾਈਕ ਕਰੀਓ ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਜੇ ਹੋ ਸਕੇ ਤਾਂ ਇੱਕ ਦੋ ਬੰਦੇ ਆਪਣੇ ਇੱਕ ਦੋ ਫਰੈਂਡਸ ਨਾਲ ਆਪਣੇ ਸ਼ੇਅਰ ਕਰ ਦਿਆ ਕਰੋ ਵਧੀਆ ਮੋਟੀਵੇਸ਼ਨ ਮਿਲਦੀ ਹੈ ਨਾ ਸਬਸਕ੍ਰਾਈਬ ਕਰ ਦਿਆ ਕਰ ਦੂੰਗੇ ਨਵੇਂ ਨਵੇਂ ਚੈਨਲ ਆ ਕੇ ਅਤੇ ਫਿਰ ਮਿਲਦੇ ਅਗਲੇ ਵਲੌਗ ਦੇ ਵਿੱਚ ਦੇਖਦੇ ਰਹੋ ਕੰਡਾ ਵਲੌਗ ਸਟੇ ਹੋਮ ਸਟੇ ਸੇਫ ਹੱਥ ਦੇ ਵਾਸਤੇ ਰਹੋ ਮਿਲਦੇ ਅਗਲੇ ਵਲੌਗ 'ਚ